ਰਾਜੇ ਨੇ ਕਿਸਾਨ ਨੂੰ ਕਿਹਾ ਕਿ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ। ਮੰਗ ਤੂੰ ਜੋ ਮੰਗਣਾ, ਹੀਰੇ ਮੋਤੀ ਜਵਾਹਰਾਤ ਜੋ ਵੀ ਮੰਗੇਗਾ ਮੈਂ ਤੈਨੂੰ ਦਊਂਗਾ। ਕਿਸਾਨ ਨੇ ਕਿਹਾ, ਮੇਰੇ ਸਿਰ ਵਿੱਚ 100 ਛਿੱਤਰ ਮਾਰ ਦਿੱਤੇ ਜਾਣ। ਰਾਜਾ ਹੈਰਾਨ, ਦਰਬਾਰੀ ਹੈਰਾਨ, ਬਈ ਇਹ ਕੀ ਮੰਗ ਮੰਗੀ ਕਿਸਾਨ ਨੇ? ਅਤੇ ਤੁਸੀਂ ਵੀ ਹੈਰਾਨ ਹੋਵੇ ਹੋਗੇ ਬਈ ਕਿਸਾਨ ਨੇ ਮੰਗਿਆ ਅਤੇ ਕੀ ਮੰਗਿਆ। ਆਜੋ ਜਾਣਦੇ ਹਾਂ ਅੱਜ ਦੀ ਕਹਾਣੀ 'ਚੋਂ ਕਿ ਕਿਸਾਨ ਨੇ ਇਹ ਕਿਉਂ ਮੰਗਿਆ। ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਅਦਾਬ। ਮੈਂ ਤੁਹਾਡੀ ਆਪਣੀ ਜੱਸੀ ਸੰਧੂ ਅੱਜ ਇੱਕ ਬਹੁਤ ਹੀ ਪਿਆਰੀ ਜਿਹੀ ਕਹਾਣੀ ਨਾਲ ਹਾਜ਼ਰ ਹੋਈ ਹਾਂ। ਇੱਕ ਕਿਸਾਨ ਆਪਣੇ ਖੇਤ ਵਿੱਚ ਹਲ ਵਾਹ ਰਿਹਾ ਸੀ। ਉਸ ਕੋਲ ਸ਼ਿਕਾਰ ਖੇਡਦਾ ਰਾਜਾ ਆਇਆ। ਰਾਜੇ ਨੇ ਘੋੜਾ ਰੋਕ ਕੇ ਕਿਸਾਨ ਨੂੰ ਕਿਹਾ, ਭਾਈ ਸਾਹਿਬ, ਤੁਹਾਡੇ ਕੋਲ ਕੁਝ ਖਾਣ ਪੀਣ ਲਈ ਹੈ? ਕਿਸਾਨ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ, ਜੋ ਰੁੱਖਾ ਸੁੱਖਾ ਮੇਰੇ ਕੋਲ ਹੈ ਉਹ ਮੈਂ ਤੁਹਾਡੇ ਲਈ ਹਾਜ਼ਰ ਕਰਦਾ। ਕਿਸਾਨ ਨੇ ਪਹਿਲਾਂ ਰਾਜੇ ਨੂੰ ਕੋਰੇ ਤੌੜੇ ਦਾ ਠੰਡਾ ਪਾਣੀ ਪਿਆਇਆ ਅਤੇ ਹੱਥ ਧੁਆਏ। ਫਿਰ ਲੂਣ ਵਾਲੀਆਂ ਵੇਸਣ ਦੀਆਂ ਰੋਟੀਆਂ, ਗੰਢਾ, ਖੱਟੀ ਲੱਸੀ ਖਾਣ ਨੂੰ ਦਿੱਤੀ ਅਤੇ ਫਿਰ ਰਾਜੇ ਨੂੰ ਆਰਾਮ ਕਰਨ ਲਈ ਇੱਕ ਮੰਜੀ ਰੁੱਖ ਦੀ ਛਾਂ ਦੇ ਥੱਲੇ ਡਾ ਦਿੱਤੀ। ਰਾਜੇ ਨੇ ਅਜਿਹਾ ਭੋਜਨ ਪਹਿਲਾਂ ਕਦੇ ਨਹੀਂ ਸੀ ਛਕਿਆ। ਰਾਜਾ ਭੋਜਨ ਛੱਕ ਕੇ ਬਹੁਤ ਖੁਸ਼ ਹੋਇਆ। ਉਸਨੇ ਤੁਰਨ ਲੱਗਿਆਂ ਕਿਸਾਨ ਨੂੰ ਕਿਹਾ, ਭਾਈ ਸਾਹਿਬ, ਕੱਲ੍ਹ ਨੂੰ ਦਿਨੇ 10 ਵਜੇ ਮੇਰੇ ਕੋਲ ਰਾਜਧਾਨੀ ਪਹੁੰਚਣਾ। ਮੈਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ। ਜੋ ਤੁਸੀਂ ਮੰਗੋਗੇ ਮੈਂ ਤੁਹਾਨੂੰ ਉਹੀ ਇਨਾਮ ਦੇਵਾਂਗਾ। ਕਿਸਾਨ ਦੂਜੇ ਦਿਨ ਰਾਜੇ ਦੇ ਕਿਲੇ ਅੱਗੇ ਪਹੁੰਚਿਆ। ਉਸਨੇ ਸੰਤਰੀ ਨੂੰ, ਕਿ ਜਿਹੜਾ ਉਹ ਗੇਟ ਦੇ ਅੱਗੇ ਪਹਿਰੇਦਾਰ ਬੈਠਾ ਸੀ, ਉਸਨੂੰ ਆਪਣੇ ਆਉਣ ਦਾ ਕਾਰਨ ਦੱਸਿਆ। ਉਹ ਸੰਤਰੀ ਨੇ ਉਸਨੂੰ ਠਹਿਰਨ ਲਈ ਕਿਹਾ ਅਤੇ ਆਪ ਮੁਲਾਕਾਤੀ ਅਫਸਰ ਕੋਲ ਜਾ ਕੇ ਕਿਸਾਨ ਦੇ ਆਉਣ ਦਾ ਕਾਰਨ ਦੱਸਣ ਲੱਗਿਆ। ਵਾਪਸ ਆ ਕੇ ਉਹਨੇ ਕਿਸਾਨ ਨੂੰ ਪੁੱਛਿਆ, ਵੀ ਤੂੰ ਕਿਉਂ ਆਇਆ? ਕਿਸਾਨ ਨੇ ਕੱਲ੍ਹ ਵਾਲੀ ਗੱਲ ਜਿਹੜੀ ਸੀ ਉਹ ਸਾਰੀ ਉਹਨੂੰ ਸੁਣਾ ਦਿੱਤੀ ਅਤੇ ਉਹਨੇ ਕਿਹਾ, ਵੀ ਜੋ ਤੈਨੂੰ ਇਨਾਮ ਮਿਲੇਗਾ ਮੈਨੂੰ ਕੀ ਦੇਵੇਗਾ ਜੇ ਮੈਂ ਤੈਨੂੰ ਅੰਦਰ ਰਾਜੇ ਕੋਲ ਜਾਣ ਦੇਵਾਂ? ਕਿਸਾਨ ਨੇ ਕਿਹਾ, ਅੱਧਾ ਤੇਰਾ ਅਤੇ ਅੱਧਾ ਮੇਰਾ। ਸੰਤਰੀ ਨੇ ਖੁਸ਼ੀ ਖੁਸ਼ੀ ਉਸਨੂੰ ਅੱਗੇ ਭੇਜ ਦਿੱਤਾ। ਅੱਗੇ ਕਿਸਾਨ ਮੁਲਾਕਾਤੀ ਅਫਸਰ ਕੋਲ ਗਿਆ। ਮੁਲਾਕਾਤੀ ਅਫਸਰ ਨੂੰ ਵੀ ਸੂਚਨਾ ਮਿਲ ਗਈ ਸੀ ਵੀ ਕਿਸਾਨ ਰਾਜੇ ਕੋਲ ਕਿਉਂ ਆਇਆ। ਅਫਸਰ ਨੇ ਕਿਹਾ, ਮੁਲਾਕਾਤ ਤਾਂ ਰਾਜੇ ਨਾਲ ਮੈਂ ਕਰਾਉਣੀ ਆ, ਤੂੰ ਮੈਨੂੰ ਕੀ ਦੇਵੇਗਾ? ਕਿਸਾਨ ਨੇ ਕਿਹਾ, ਤੁਹਾਨੂੰ ਜੀ ਚੌਥਾ ਹਿੱਸਾ ਦੇ ਦੇਵਾਂਗਾ। ਕਿਸਾਨ ਦੇ ਦਰਬਾਰ ਪਹੁੰਚਣ ਤੋਂ ਪਹਿਲਾਂ ਹੀ ਮੁਲਾਕਾਤੀ ਅਫਸਰ ਜਿਹੜਾ ਸੀ ਉਹਨੇ ਖਜ਼ਾਨਚੀ ਦੇ ਕੰਨ ਵਿੱਚ ਸਾਰੀ ਗੱਲ ਪਾ ਦਿੱਤੀ। ਖਜ਼ਾਨਚੀ ਜਿਹੜਾ ਸੀ ਭੱਜ ਕੇ ਕਿਸਾਨ ਨੂੰ ਕਹਿਣ ਲੱਗਾ, ਰੁਕ 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 ਜਾ ਭਾਈ, ਚੈੱਕ ਤਾਂ ਮੈਂ ਕੱਢਣਾ ਏ ਜਦੋਂ ਰਾਜੇ ਨੇ ਤੈਨੂੰ ਕੋਈ ਇਨਾਮ ਦੀ ਰਾਸ਼ੀ ਦਿੱਤੀ। ਰਾਜੇ ਨੇ ਤਾਂ ਸਿਰਫ ਦਸਤਖਤ ਕਰਨੇ ਆ, ਤੂੰ ਦੱਸ ਮੈਨੂੰ ਕੀ ਦੇਵੇਂਗਾ? ਕਿਸਾਨ ਨੇ ਕਿਹਾ, ਚੌਥਾ ਹਿੱਸਾ ਤੇਰਾ। ਕਿਸਾਨ ਜਦ ਰਾਜੇ ਦੇ ਦਰਬਾਰ ਪਹੁੰਚਿਆ ਤਾਂ ਰਾਜੇ ਨੇ ਖੜ੍ਹੇ ਹੋ ਕੇ ਉਸਦਾ ਸਵਾਗਤ ਕੀਤਾ ਅਤੇ ਬੈਠਣ ਲਈ ਕਿਹਾ। ਫਿਰ ਰਾਜੇ ਨੇ ਕਿਸਾਨ ਨੂੰ ਕਿਹਾ, ਮੰਗ ਜੋ ਮੰਗਣਾ ਹੈ, ਮੈਂ ਤੇਰੇ ਨਾਲ ਕੀਤਾ ਵਾਅਦਾ ਪੂਰਾ ਕਰਾਂਗਾ। ਕਿਸਾਨ ਨੇ ਸੋਚਿਆ, ਬਈ ਮੰਗੀ ਮੰਗ ਵਿੱਚੋਂ ਬਚਣਾ ਦਾ ਕੁਝ ਵੀ ਨਹੀਂ। ਇਹ ਸੋਚ ਕੇ ਉਸਨੇ ਝੱਟ ਗਿਆ, ਮਹਾਰਾਜ ਜੀ, ਮੇਰੀ ਮੰਗ ਆ ਕਿ ਮੇਰੇ ਸਿਰ ਵਿੱਚ 100 ਛਿੱਤਰ ਮਾਰੇ ਜਾਣ। ਰਾਜੇ ਨੇ ਕਿਹਾ, ਇਹ ਵੀ ਕੋਈ ਮੰਗ ਹੈ? ਤੂੰ ਕਿਹੜਾ ਕੋਈ ਗਲਤੀ ਕੀਤੀ ਜੋ ਤੈਨੂੰ ਸਜ਼ਾ ਦਿੱਤੀ ਜਾਵੇ? ਕੁਝ ਹੋਰ ਮੰਗ। ਕਿਸਾਨ ਨੇ ਕਿਹਾ, ਨਹੀਂ ਜਨਾਬ, ਬਾਦਸ਼ਾਹ ਸਲਾਮਤ, ਮੇਰੀ ਮੰਗ ਜਾਈ ਜਾ।
ਤੁਸੀਂ ਮੇਰੀ ਮੰਗ ਇਹ ਪੂਰੀ ਕਰ ਦਿਓ। ਰਾਜੇ ਨੇ ਖਜ਼ਾਨਚੀ ਨੂੰ ਸੱਦਿਆ ਤੇ ਕਿਸਾਨ ਦੀ ਮੰਗ ਲਿਖ ਕੇ ਦਸਤਖਤ ਕਰਾਉਣ ਲਈ ਕਿਹਾ। ਜਦ ਹੀ ਖਜ਼ਾਨਚੀ ਨੇ ਲਿਖਤ ਕਿਸਾਨ ਦੇ ਹੱਥ ਫੜਾਈ, ਰਾਜੇ ਨੇ ਤੁਰੰਤ ਮੰਗ ਪੂਰੀ ਕਰਨ ਦਾ ਹੁਕਮ ਦੇ ਦਿੱਤਾ। ਫਿਰ ਕਿਸਾਨ ਨੇ ਰਾਜੇ ਨੂੰ ਕਿਹਾ, ਪਹਿਲਾਂ ਸੰਤਰੀ ਨੂੰ ਸੱਦੋ, ਮੈਂ ਆਪਣੀ ਮੰਗ ਦਾ ਅੱਧਾ ਭਾਗ ਉਸਨੂੰ ਦੇਣ ਦਾ ਵਾਅਦਾ ਕੀਤਾ। ਸੰਤਰੀ ਸੱਦਿਆ ਗਿਆ ਤੇ ਕਿਸਾਨ ਨੇ 50 ਛਿੱਤਰ ਉਸਤੇ ਮਰਵਾ ਦਿੱਤੇ। ਬਾਕੀ ਛਿੱਤਰਾਂ ਬਾਰੇ ਕਿਸਾਨ ਨੇ ਕਿਹਾ, ਹੁਣ ਤੁਹਾਡੇ ਮੁਲਾਕਾਤੀ ਅਫਸਰ ਨੂੰ ਸੱਦੋ, ਉਸਦੇ ਵੀ ਚੌਥੇ ਹਿੱਸੇ ਦੇ 25 ਛਿੱਤਰ ਮਰਵਾਏ ਗਏ। ਫਿਰ ਖਜ਼ਾਨਚੀ ਨੂੰ ਬੁਲਾਇਆ ਗਿਆ ਤੇ 25 ਛਿੱਤਰ ਉਸ ਨੂੰ ਮਰਵਾਏ ਗਏ। ਭਰੀ ਕਚਹਿਰੀ ਵਿੱਚ 100 ਛਿੱਤਰਾਂ ਦਾ ਇਨਾਮ ਵੰਡੇ ਜਾਣ ਤੋਂ ਬਾਅਦ ਜਦੋਂ ਕਿਸਾਨ ਤੁਰਨ ਲੱਗਿਆ ਤਾਂ ਰਾਜੇ ਨੇ ਉਸਨੂੰ ਰੋਕ ਲਿਆ ਤੇ ਕਿਹਾ, ਤੁਹਾਡੀ ਮੰਗ ਬਿਲਕੁਲ ਜਾਇਜ਼ ਸੀ ਕਿਉਂਕਿ ਕਿਲ੍ਹੇ ਦੇ ਦਰਵਾਜ਼ੇ ਤੱਕ ਤਾਂ ਤੁਹਾਡੇ ਕੋਲ ਕੁਝ ਵੀ ਨਹੀਂ ਸੀ ਬਚਣਾ। ਇਸ ਤਰ੍ਹਾਂ ਰਾਜੇ ਨੂੰ ਆਪਣੇ ਰਾਜ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਪਤਾ ਲੱਗ ਗਿਆ। ਉਸਨੇ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਤੇ ਫਿਰ ਕਿਸਾਨ ਨੂੰ ਉਸਦੀ ਸਿਆਣਫ ਕਰਨ ਬਹੁਤ ਸਾਰਾ ਇਨਾਮ ਦੇ ਕੇ ਘਰ ਤੋਰਿਆ। ਸੋ ਦੋਸਤੋ, ਇਸ ਤਰ੍ਹਾਂ ਕਿਸਾਨ ਨੇ ਆਪਣੀ ਸਿਆਣਫ ਨਾਲ ਰਾਜੇ ਦੇ ਦਰਬਾਰ 'ਚ ਜੋ ਗਲਤ ਹੋ ਰਿਹਾ ਸੀ, ਜੋ ਰਿਸ਼ਵਤ ਚੱਲ ਰਹੀ ਸੀ, ਜੋ ਭ੍ਰਿਸ਼ਟਾਚਾਰ ਚੱਲ ਰਿਹਾ ਸੀ, ਉਹਦਾ ਸਿੱਧਾ ਸ਼ਿਕਾਇਤ ਲਾਉਣ ਦੀ ਥਾਂ 'ਤੇ ਰਾਜੇ ਨੂੰ ਇਹ ਦੱਸ ਦਿੱਤਾ ਕਿ ਤੁਹਾਡੇ ਦਰਬਾਰ ਵਿੱਚ ਤੁਹਾਡੇ ਤੱਕ ਪਹੁੰਚਣ ਤੱਕ ਕੀ ਕੁਝ ਜਿਹੜਾ ਉਹ ਚੱਲ ਰਿਹਾ ਵਾ। ਅਤੇ ਰਾਜੇ ਨੂੰ ਇਹ ਪਤਾ ਲੱਗ ਗਿਆ ਅਤੇ ਰਾਜੇ ਨੇ ਫਿਰ ਆਪਣੇ ਖਜ਼ਾਨਚੀ ਅਤੇ ਆਪਣਾ ਜਿਹੜਾ ਉਹਦਾ ਦਰਬਾਨ ਸੀ ਉਹਨੂੰ ਅਤੇ ਜਿਹੜਾ ਦਸਤਖਤ ਕਰਵਾਉਣ ਵਾਲਾ ਸੀ ਉਹਨੂੰ ਬਦਲ ਦਿੱਤਾ ਅਤੇ ਰਾਜਾ ਬਹੁਤ ਖੁਸ਼ ਹੋਇਆ ਉਹਦੀ ਸਿਆਣਫ ਤੋਂ। ਸੋ ਦੋਸਤੋ, ਤੁਹਾਨੂੰ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਫਿਰ ਮਿਲਦੇ ਆ ਇੱਕ ਬਹੁਤ ਹੀ ਪਿਆਰੀ ਕਹਾਣੀ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।